गावी रात दिन गावी रात दिन सलाही है
ਸਲਾਈਏ ਜਿਸ ਰੱਖੇ ਸਮਰਥ ਆਪ ਸਿਕੁਰੂ ਬਾ
देवन हार दतार
ये प्रसाद भोगे सब रसा सगल समगरी संग साथ बसा दीने दीने हस्त पाव करन नेत्र रसना देवन हर दाता सबको मात पिता पाले बार देखे आप सब तो मात पिता प्रतपालक जी प्राण सुख सागर रे देन दे तोट नहीं तिस करते गावी रात दिन दिन दे तोट नहीं तिस करते दिन दा दे बर्तन को पानी अन्न खाना कपड़ पहनन दिया देंदा दे लेंदे थक पाए देंदे तोट नहीं करते लेंदे थक पाए जुग जुगंतर खाई खाए दिन दे तोट नहीं तिस करते गावी रात दिन आम चीजां नहीं दुनिया दे लोग भी दे दिंदे ने आ लंगर लगान वाले भी आखदे ने असी कुछ देने आ छबीला लान वाले भी आखदे ने भावे एक दिन लान कुछ देने आ वस्तुआं कुछ दिंदे ने पर एक ख्याल करियो किस लई दिंदे ने उन्हां वस्तुआं दियां भावें छबीलां ने भावें लंगर ने किस लई ने
ਜਿਸ ਲਈ ਨੇ ਉਹ ਕਿੰਨੇ ਨੇ ਦਿੱਤਾ? ਮਸਲਾ ਇਹ ਹੈ, ਮੈਂ ਰਾਤ ਦੇ ਸਬਜੈਕਟ ਨੂੰ ਨਾਲ ਲਿੰਕ ਕਰਨਾ ਚਾਹੁੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਰਾਮਕਲੀ ਰਾਗ ਦਾ ਤੀਸਰਾ ਸ਼ਬਦ, ਜਿਹਦੇ ਵਿੱਚ ਇੱਕ ਲਾਈਨ ਆਈ ਸੀ, ਮੈਂ ਤੈਨੂੰ ਕਿਉਂ ਇਸ ਗੱਲ ਲਈ ਚੇਤਾਵਨੀ ਦੇਣਾ ਚਾਹੁੰਦਾ, ਪ੍ਰਾਣੀ ਨਾਰਾਇਣ ਸੁਧ ਲੈ, ਉਹਨੂੰ ਯਾਦ ਕਰ, ਯਾਦ ਕਰ, ਉਹ ਵਾਪਸ ਨਹੀਂ ਮੰਗਦਾ, ਵਾਪਸ ਨਹੀਂ ਮੰਗਦਾ। ਕਿਸੇ ਕੋਲੋਂ ਕਰਜ਼ਾ ਲੈ, ਉਹਨੂੰ ਵਿਆਜ ਸਮੇਤ ਵਾਪਸ ਕਰਨਾ ਪੈਂਦਾ ਹੈ। ਇਹ ਤਾਂ ਮੰਗਦਾ ਹੀ ਕੁਝ ਨਹੀਂ, ਸਾਰਾ ਮੂਲ ਦਾ ਮਾਲਕ ਹੈ। ਸਿਰਫ ਇੰਨਾ ਕਹਿੰਦਾ ਹੈ ਵੀ ਜਿਸਨੇ ਤੈਨੂੰ ਦਿੱਤਾ ਹੈ ਉਹਨੂੰ ਯਾਦ ਰੱਖ, ਬਸ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਤ ਇਸ ਸ਼ਬਦ ਵਿੱਚ ਇੱਕ ਗੱਲ ਕਹੀ ਸੀ, ਪ੍ਰਾਣੀ ਨਾਰਾਇਣ ਸੁਧ ਲੇ, ਐਨਸ ਔਧ ਘਟੈ ਨਿਸਬਾਸਰ ਬਿਰਥਾ ਜਾਤ ਹੈ ਦੇ। ਪਰ ਅਗਲੇ ਪਾਸੇ ਅੱਗੇ ਜਾ ਕੇ ਇੱਕ ਲਫਜ਼ ਚੇਤਾਵਨੀ ਲਈ ਦਿੱਤੇ ਸਨ, ਉਹ ਇਹ, ਮਾਨਸ ਜਨਮ ਦਿਓ ਜੇ ਠਾਕਰ ਲਓ, ਜਿਹਦੇ ਲਈ ਬਾਕੀ ਸਭ ਕੁਛ ਹੈ। ਆ ਜਿੰਨਾ ਕੁਛ ਸੰਸਾਰ ਦਾ ਅਡੰਬਰ ਹੈ ਨਾ, ਇਹ ਮਾਨਸ ਜਨਮ ਲਈ ਹੈ। ਘਰ ਮਾਨਸ ਨੂੰ ਚਾਹੀਦੇ ਨੇ, ਪੰਛੀ ਤਾਂ ਵਿਚਾਰਾ ਕਿਸੇ ਦਰਖਤ 'ਤੇ ਆਲਣੇ ਪਾ ਕੇ ਰਾਤ ਕੱਟ ਸਕਦਾ। ਆ ਜਿੰਨੇ ਰੈਸਟੋਰੈਂਟ ਨੇ, ਹੋਟਲ ਨੇ, ਗੱਡੀਆਂ ਨੇ, ਟ੍ਰੇਨਾਂ ਨੇ, ਹਵਾਈ ਜਹਾਜ਼ ਨੇ, ਕਾਰਾਂ ਨੇ, ਕਿਹਦੇ ਲਈ ਨੇ? ਹੈ ਇੱਕ ਮਾਨਸ ਜਨਮ। ਕਿਸੇ ਪੰਛੀ ਨੂੰ ਕੋਈ ਲੋੜ ਨਹੀਂ ਕੱਪੜਿਆਂ ਦੀ, ਇਸ ਲਈ ਉਸਨੂੰ ਕੁਛ ਕੋਈ ਲੋੜ ਨਹੀਂ ਕਿਸੇ ਟੇਲਰ ਦੀ, ਦਰਜ਼ੀ ਦੀ, ਉਹਨੇ ਸੂਟ ਕੁਛ ਪਾਉਣਾ। ਆਖਿਰ ਮਾਨਸ ਜਨਮ ਕੀ ਹੈ? ਇਹਦੀ ਇੰਨੀ ਖੁਸ਼ਾਮਦ ਕੁਝ ਵਿਚਾਰੀਏ। ਮਨੁੱਖਾ ਜਨਮ ਹੈ, ਕਿਉਂ ਗੁਰੂ ਨੇ ਇਹ ਗੱਲ ਕਹਿ ਦਿੱਤੀ? ਮਾਨਸ ਜਨਮ ਦੁਲੰਬ ਹੈ, ਉਹ ਭਲਿਆ ਦਿਵਨ ਹਾਰ ਦੀਆਂ ਬਾਕੀ ਗੱਲਾਂ ਤਾਂ ਇੱਕ ਪਾਸੇ ਰੱਖ ਦੇ, ਉਹਨੇ ਧਰਤੀ ਤੇਰੇ ਰਹਿਣ ਲਈ ਬੁਲਾਈ, ਜੈ ਪ੍ਰਸਾਦ ਧਰ ਉੱਪਰ ਸੁਖ ਬਸੈ। ਜੇ ਧਰਤੀ ਨਾ ਹੁੰਦੀ ਫਿਰ ਧਰਤੀ ਨਿਰੀ ਨਹੀਂ ਬਣਾਈ,
ਉਹਨੇ ਤੇਰੀਆਂ ਲੋੜਾਂ ਦਾ ਹਰ ਪਦਾਰਥ ਧਰਤੀ ਦੇ ਵਿੱਚ ਸੰਭਾਲ ਦਿੱਤਾ, ਇੱਕ ਖਜ਼ਾਨਾ ਦੇ ਦਿੱਤਾ। ਧਰਤੀ ਦੇਗ ਮਿਲੇ ਇੱਕ ਵਾਰੀ, ਭਾਗ ਤੇਰਾ ਭੰਡਾਰੀ। ਸਾਰਾ ਕੁਝ ਵਿਕਾਰ ਬਣੀਏ ਤੇ ਧਰਤੀ ਵਿੱਚੋਂ ਲੋਹਾ ਆਇਆ ਹੈ। ਭਲਿਆ ਜੇ ਸੋਨੇ ਦੇ ਗਹਿਣੇ ਬਣੇ ਨੇ ਤਾਂ ਧਰਤੀ ਵਿੱਚੋਂ ਆਏ ਨੇ। ਕਦੀ ਗਹਿਰਾਈ ਨਾਲ ਦੇਖੀਏ। ਗੁਰੂ ਕਿਉਂ ਕਹਿੰਦਾ ਗਾਂ? ਭਲਿਆ ਗਾ ਗਾਵੀਏ ਰਾਗ ਦਿਨੰਤ, ਕਿਉਂਕਿ ਇੱਕ ਖਿਆਲ ਕਰੀ, ਦਿਨ ਦੇ ਜੀਵਨ ਦੇ ਹਰ ਪਹਿਲੂ ਹਰ ਪਲ ਵਿੱਚ ਤੈਨੂੰ ਉਹਦੀ ਲੋੜ ਹੈ। ਇਹ ਨਹੀਂ ਦਿਨੇ ਹੀ ਲੋੜ ਹੈ, ਰਾਤ ਤਾਂ ਮੈਂ ਸੌਂ ਕੇ ਕੱਟ ਲੈਣੀ ਹੈ, ਮੈਨੂੰ ਦਿਨੇ ਭੋਜਨ ਦੀ ਲੋੜ ਹੈ, ਦਿਨੇ ਹੀ ਕਾਰ ਦੀ ਲੋੜ ਹੈ, ਰਾਤ ਤੋਂ ਮੈਂ ਜਿਹੜੀ ਲਾਈਟ ਹੈ ਉਹ ਵੀ ਬੁਝਾ ਦੇਣੀ ਹੈ, ਜਿਹੜੀਆਂ ਅੱਖਾਂ ਦੀ ਰੋਸ਼ਨੀ ਉਹ ਵੀ ਅੱਖਾਂ ਬੰਦ ਕਰ ਲੈਣੀ। ਬਹੁਤ ਕੁਝ ਸੋਚਣਾ ਮੈਨੂੰ ਸੁਭਾਅ ਬਣਿਆ ਹੋਇਆ ਹੈ। ਪਰ ਭਲਿਆ ਮੈਂ ਪੁੱਛਣਾ, ਜਿਸ ਰਾਤ ਵਿੱਚ ਤੂੰ ਇੰਨਾ ਬੇਪਰਵਾਹ ਤੇ ਇੰਨਾ ਬੇਫਿਕਰ ਬੇਮੁਹਤਾਜ ਹੋਣਾ ਹੈ, ਉਹ ਰਾਤ ਕਿੰਨੇ ਬਣਾਈ ਹੈ? ਜੇ ਭਲਾ ਰਾਤ ਹੀ ਨਾ ਬਣੇ, ਜੇ ਭਲਾ ਰਾਤ ਹੀ ਨਾ ਹੁੰਦੀ ਤੇ ਫਿਰ ਕੀ ਕਰ ਦੋ? ਕਦੀ ਤੂੰ ਸੋਚਿਆ ਜੇਨ ਦਿਨ ਕਰਕੇ ਕੀਤੀ ਰਾਤ, ਦਿਨ ਰਾਤੀ ਜਿਨ ਬਣਾਈਆਂ, ਜਿਹਨੇ ਦਿਨ ਬਣਾਇਆ ਦਿਨ, ਤੈਨੂੰ ਕਿਸੇ ਗੱਲ ਦੀ ਥੋੜ ਕਿਉਂ ਤੈਨੂੰ ਪੈਦਾ ਕੀਤਾ? ਪਰ ਇੱਕ ਖਿਆਲ ਕਰੀ, ਇਹ ਸਭ ਕੁਛ ਕੇਵਲ ਮਾਨਸ ਜਨਮ ਲਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਾਕੀ ਜਨਮਾਂ ਦਾ ਨਾਂ ਛੱਡ ਕੇ ਇਸ ਜਨਮ ਦਾ ਨਾਂ ਕਿਉਂ ਲਿਆ? ਮਾਨਸ ਜਨਮ ਦੀਓ ਜੈਠਾ ਕਰ, ਸੋ ਤੈਂ ਕਿਉਂ ਵਿਸਰਾਇਓ? ਮਸਲਾ ਇਹ ਆ। ਤੇ ਗੁਰੂ ਨੇ ਇਹ ਵੀ ਆਖ ਦਿੱਤਾ, ਮਾਨਸ ਜਨਮ ਦੁਲੰਬ ਹੈ, ਇਹ ਬਾਰ ਬਾਰ ਨਹੀਂ ਮਿਲਦਾ। ਕੋਈ ਕੀਮਤੀ ਚੀਜ਼ ਹੋਵੇ ਉਹਦੀ ਪ੍ਰਾਪਤੀ ਵੀ ਔਖੀ ਹੁੰਦੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਮਾਨਸ ਦੇਹੀ ਪਾਈ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਦਿਨ ਵੀ ਗਾਓ ਰਹਿਣੀ ਗਾਓ, ਭਜੋ ਗੋਬਿੰਦ
ਭੁੱਲ ਮਤ ਜਾਓ, ਭੁੱਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਮਾਨਸ ਜਨਮ ਕਾ ਇਹੀ ਲਾਓ, ਮਾਨਸ ਜਨਮ ਦਿਓ ਜੈਠਾ ਸੋਤ ਕਿਉਂ ਵਿਸਾਰਿਓ, ਮਾਨਸ ਜਨਮ ਕਾ ਇਹੀ ਲਾਓ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਭਜਸ ਕਬ ਭਾਈ, ਜਿਨ੍ਹਾਂ ਨੂੰ ਲੋੜ ਨਹੀਂ ਹੋ ਸਕਦਾ ਉਹ ਭੁੱਲ ਜਾਣ, ਪਰ ਉਹ ਨਹੀਂ ਭੁੱਲ ਰਹੇ। ਮਨੁੱਖ ਦੀਆਂ ਲੋੜਾਂ ਦੀ ਲਿਸਟ ਬੜੀ ਲੰਬੀ ਹੈ, ਕਦੀ ਗਹਿਰਾਈ ਨਾਲ ਦੇਖਿਓ ਸਾਡੀਆਂ ਲੋੜਾਂ ਦੀ ਕਿੰਨੀ ਲੰਬੀ ਲਿਸਟ ਹੈ। ਪਲ ਪਲ 'ਤੇ ਸਾਡੀਆਂ ਨਵੀਆਂ ਲੋੜਾਂ ਪੈਦਾ ਹੋ ਰਹੀਆਂ ਨੇ। ਕਿਸੇ ਜਾਨਵਰ, ਕਿਸੇ ਪੰਛੀ ਦੇ ਬੱਚੇ ਨੇ ਜਨਮ ਤੋਂ ਬਾਅਦ ਖਿਡੌਣੇ ਨਹੀਂ ਮੰਗੇ, ਟਾਏ ਨਹੀਂ ਮੰਗੇ। ਤੂੰ ਤਾਂ ਟਾਏ ਰੂਮ ਵੱਖਰੇ ਬਣਾ ਦਿੱਤੇ ਨੇ ਆਪਣੇ ਬੱਚਿਆਂ ਲਈ। ਬਚਪਨ ਤੋਂ ਹੀ ਮਨੁੱਖ ਦੀ ਜ਼ਿੰਦਗੀ ਦੀਆਂ ਲੋੜਾਂ ਦਿਨ ਬ ਦਿਨ ਨਵੀਆਂ ਤੋਂ ਨਵੀਆਂ ਐਡ ਹੁੰਦੀਆਂ ਜਾ ਰਹੀਆਂ ਨੇ। ਆਸਾ ਘੱਟ ਨਹੀਂ ਰਹੀ, ਆਸਾ ਵੱਧ ਰਹੀ। ਪਰ ਭਲਿਆ ਇੰਨੀਆਂ ਲੋੜਾਂ ਕਿੱਥੋਂ ਪੂਰੀਆਂ ਹੋ ਰਹੀਆਂ ਨੇ? ਕੌਣ ਕਰ ਰਿਹਾ? ਕਿਸੇ ਲੋੜ ਦੇ ਰਾ ਮਟੀਰੀਅਲ ਵੱਲ ਜਾ, ਉਹ ਹੀ ਲੋੜ ਤੇਰੀ ਮੁਹਤਾਜ ਹੈ ਉਸ ਮਾਲਕ ਦੀ ਦਿੱਤੀ ਹੋਈ ਰਹਿਮਤ ਦੇ। ਤੂੰ ਆਖੇਂਗਾ ਖੌਰੇ ਕਿਸੇ ਫੈਕਟਰੀ ਵਿੱਚ ਬਣ ਜਾਂਦੀ ਹੈ, ਕੋਈ ਇਸ ਨੂੰ ਬਣਾਉਂਦਾ ਨਹੀਂ। ਜਿਹੜਾ ਬਣਾਉਂਦਾ ਨਾ ਫੈਕਟਰੀ ਵਾਲਾ, ਉਹਦੇ ਕੋਲੋਂ ਕੁਛ ਤੈਨੂੰ ਕਿਸੇ ਰਾ ਮਟੀਰੀਅਲ ਦੀ ਲੋੜ ਹੈ? ਤੇ ਜੇ ਲੋੜ ਹੈ ਤਾਂ ਉਹ ਰਾ ਮਟੀਰੀਅਲ ਕਿੱਥੋਂ ਪੈਦਾ ਹੋ ਰਿਹਾ? ਅਸਲ ਵਿੱਚ ਕੀ ਹੈ, ਮਨੁੱਖ ਕਦੀ ਇਸ ਗਹਿਰਾਈ ਵਿੱਚ ਜਾਂਦਾ ਹੀ ਨਹੀਂ। ਮੈਨੂੰ ਕਿੱਥੋਂ ਮਿਲਦਾ ਹੈ, ਕੀ ਮਿਲਦਾ ਹੈ, ਕੌਣ ਦਿੰਦਾ ਹੈ, ਇਹ ਕੇਵਲ ਅਤੇ ਕੇਵਲ ਗੁਰੂ ਯਾਦ ਕਰਵਾਉਂਦਾ ਹੈ। ਵੇਖ, ਜਿੰਦੀਆਂ ਕੋਈ ਲੋੜਾਂ ਨਹੀਂ ਔਰ ਉਹਨੂੰ ਨਹੀਂ ਭੁੱਲ ਰਿਹਾ। ਗੁਰੂ ਕਹਿੰਦਾ, ਮੈਂ ਨਹੀਂ ਕਹਿੰਦਾ, ਹਰ ਗੱਲ ਦਾ ਜਵਾਬ ਬਾਣੀ ਵਿੱਚ ਹੈ। ਸਤਿਗੁਰੂ ਆਖਦੇ ਨੇ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ,
ਪਾਣੀ ਵਿੱਚ ਰਹਿਣ ਵਾਲੇ ਮੀਨ, ਜੰਗਲਾਂ ਵਿੱਚ ਰਹਿਣ ਵਾਲੇ ਮਿਰਗ ਅਤੇ ਆਕਾਸ਼ 'ਤੇ ਉਡਾਰੀਆਂ ਲਗਾਉਣ ਵਾਲੇ ਪੰਛੀ, ਗੁਰੂ ਨੇ ਤਿੰਨਾਂ ਨੂੰ ਇੱਕ ਲਿਸਟ ਵਿੱਚ ਲੈ ਲਿਆ ਹੈ। ਪੰਖੇਰੂ ਦਾ ਮਤਲਬ ਪੰਛੀ, ਪੰਖਾਂ 'ਤੇ ਚੱਲਣ ਵਾਲੇ, ਜੋ ਮਿਰਗ ਜੋ ਬੋਲਤ ਹੈ, ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਫੈਸਲਾ ਮੇਰਾ ਨਹੀਂ ਹੈ, ਕੋਈ ਗੱਲ ਤੇ ਗੁਰੂ ਦੀ ਸੁਣ ਲੈ, ਜਿਹਨੂੰ ਵਿਸ਼ਵਾਸ ਵਿੱਚ ਲੈ ਕੇ ਤੂੰ ਆਪਣਾ ਅੱਗਾ ਸੁਧਾਰ ਸਕੇ। ਭਲਿਆ, ਮਿਰਗ ਲਈ ਤਾਂ ਬਹੁਤਾ ਕੁਝ ਨਹੀਂ ਬਣਿਆ, ਤੇਰੇ ਲਈ ਬਣਿਆ ਹੈ। ਉਹਨੂੰ ਤਾਂ ਬਹੁਤੇ ਪਦਾਰਥਾਂ ਦੀ, 36 ਪ੍ਰਕਾਰ ਦੇ ਭੋਜਨ ਦੀ ਉਹਨੂੰ ਲੋੜ ਨਹੀਂ। ਵਿਸ਼ਵਾਸ ਕਰ, ਮੀਨ ਲਈ ਮੱਛੀ ਲਈ ਤਾਂ ਬਹੁਤ ਕੁਝ ਨਹੀਂ ਬਣਿਆ, ਜੋ ਕੁਝ ਬਣਿਆ ਤੇਰੇ ਲਈ ਬਣਿਆ। ਉਹਦੇ ਲਈ ਤਾਂ ਵਿਚਾਰੀ ਲਈ ਜਾਲ ਲਈ ਬੈਠਾ ਜੀ ਵਰਿਆ, ਉਹਦੇ ਲਈ ਉਹ ਹੀ ਬਣਾਇਆ ਸੀ। ਪੰਖੇਰੂਆਂ ਲਈ, ਪੰਛੀਆਂ ਲਈ ਤਾਂ ਬਹੁਤ ਕੁਝ ਨਹੀਂ ਬਣਿਆ, ਉਹਨਾਂ 'ਤੇ ਆਪਣੇ ਕੱਪੜਿਆਂ ਦਾ ਰੰਗ ਵੀ ਕਦੇ ਨਹੀਂ ਬਦਲਿਆ। ਰੰਗ ਕਦੇ, ਉਹ ਹੀ ਉਹਨਾਂ ਦੀ ਆਈਡੈਂਟੀ ਹੈ, ਉਹ ਹੀ ਉਹਨਾਂ ਦੀ ਪਛਾਣ ਹੈ। ਪਰ ਜੋ ਕੁਛ ਰੰਗ ਜਿਹੜਾ ਪਹਿਨਾ ਦਿੱਤਾ ਹੈ ਮੇਰੇ ਮਾਲਕ ਨੇ, ਬਸ ਉਸੇ ਵਿੱਚ ਸੰਤੁਸ਼ਟ ਨੇ, ਸਬਰ ਵਿੱਚ ਨੇ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਮਨੁੱਖ ਦਿਨ ਰਾਤ ਅਰਦਾਸ ਸਮਝ ਕਰਦਾ ਹੈ, ਦਿਨ ਰਾਤ ਕੁਛ ਮੰਗਦਾ ਹੈ, ਲਿਸਟਾਂ ਆਪਣੀਆਂ ਗੁਰੂ ਅੱਗੇ ਰੱਖਦਾ ਹੈ। ਬੜੀ ਲੰਬੀ ਲਿਸਟ ਹੁੰਦੀ ਹੈ ਜਦੋਂ ਅਰਦਾਸ ਕਰੀਦੀ। ਪਰ ਭਲਿਆ, ਕਦੀ ਸੋਚਿਆ ਹੀ, ਇਹ ਸਭ ਕੁਛ ਤੇਰੇ ਲਈ ਆਖਿਆ ਗਿਆ ਹੈ, ਪੰਛੀਆਂ ਲਈ ਨਹੀਂ। ਪਰ ਯਾਦ ਉਹ ਕਰਦੇ ਨੇ, ਉਹਦੇ ਕੋਲ ਪੁੱਛਦੇ ਨਹੀਂ। ਗੁਰੂ ਬਾਣੀ ਵਿੱਚ ਕਹਿੰਦੇ ਨੇ, ਹਾਂ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਉਹਨਾਂ ਲਈ ਮਹੱਲ ਨਹੀਂ ਬਣੇ। ਜੰਗਲ ਜਿੰਨਾ ਵਾਸ, ਕੰਕਰ ਚੁਗਣ, ਇੱਕ ਇੱਕ ਦਾਣਾ ਚੁਗਦੇ ਨੇ, ਥਲ ਵਸਣ ਜ਼ਮੀਨ 'ਤੇ ਰਹਿੰਦੇ ਨੇ, ਜਾਂ ਟਾਹਣੀਆਂ 'ਤੇ ਆਲਣਾ ਪਾ ਕੇ ਰਹਿੰਦੇ ਨੇ। ਰੱਬ ਨਾ ਛੋੜਨ ਪਾਸ, ਰੱਬ ਨੂੰ ਨਹੀਂ ਭੁੱਲਦੇ, ਮਾਲਕ ਨੂੰ ਨਹੀਂ ਭੁੱਲਦੇ। ਪਰ ਤੂੰ ਸੋਚ, ਜੈ ਪ੍ਰਸਾਦ ਤੁਹਾਡੇ ਉੱਪਰ ਸੁੱਖ ਬਸੈ, ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ, ਜੈ ਪ੍ਰਸਾਦ ਪੀਵੈ ਸਤੀ ਸੀਤਲ ਜਲਾ ਸੁਖਦਾ। ਤੂੰ ਸਭ ਕੁਝ ਪ੍ਰਾਪਤ ਕਰਕੇ ਫਿਰ ਭੁੱਲ ਜਾਂਦਾ। ਮਸਲਾ ਇਹ ਹੈ, ਬਣਿਆ ਸਭ ਕੁਝ ਤੇਰੇ ਲਈ, ਤੂੰ ਆਪਣੇ ਲਈ ਵਿਗਿਆਨ ਦਾ ਜੇ ਰਸਤਾ ਕੱਢਿਆ, ਉਸਦੇ ਬਦਲੇ ਵਿੱਚ ਵੀ ਤੂੰ ਵਿਗਿਆਨੀਆਂ ਕੋਲੋਂ ਆਪਣੀਆਂ ਲੋੜਾਂ ਪੂਰੀਆਂ ਕਰਾਉਣਾ ਚਾਹੁੰਦਾ ਹੈ, ਸਿਰਫ ਆਪਣੀਆਂ ਲੋੜਾਂ। ਪਰ ਤੂੰ ਇੰਨਾ ਮੁਹਤਾਜ ਹੋ ਗਿਆ ਲੋੜਾਂ ਦੇ, ਤੇਰੀਆਂ ਇੰਨੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਿਗਿਆਨ ਦਿਨ ਰਾਤ ਲੱਗਾ ਹੋਇਆ ਨਵੀਆਂ ਖੋਜਾਂ ਕਰਨ ਲਈ, ਪਰ ਤੈਨੂੰ ਸਬਰ ਨਹੀਂ ਆਇਆ।
ਤੂੰ ਰੁਕਿਆ ਨਹੀਂ। ਪਰ ਭਲਿਆ, ਜਿਸ ਮਾਨਸਤਾ ਨੂੰ, ਜਿਸ ਮਨੁੱਖਤਾ ਨੂੰ, ਜਿਸ ਮਾਨਵ ਜਾਤੀ ਨੂੰ ਤੂੰ ਪਾਲ ਰਿਹਾ, ਕਦੀ ਵੇਖਿਆ ਹੀ? ਰੋਗ ਵੀ ਇਸੇ ਨੂੰ ਜ਼ਿਆਦਾ ਲੱਗਦੇ ਨੇ। ਕੋਈ ਹੋਸਪਿਟਲ ਜੰਗਲਾਂ ਵਿੱਚ ਨਹੀਂ ਬਣੇ ਹੋਏ ਪੰਛੀਆਂ ਦੇ, ਜਿਹੜੇ ਪੰਛੀ ਰਾਖਵੇਂ ਤੂੰ ਆਪਣੇ ਕੋਲ ਰੱਖਣਾ, ਉਹਨਾਂ ਨੂੰ ਰੋਗ ਵੀ ਤੂੰ ਦੇਣਾ। ਇਸ ਲਈ ਪੰਛੀਆਂ ਦੇ, ਜਾਨਵਰਾਂ ਦੇ ਹੋਸਪਿਟਲ ਵੀ ਤੂੰ ਖੋਲ੍ਹੇ ਨੇ, ਕਿਉਂਕਿ ਤੇਰੇ ਕੋਲੋਂ ਰੋਗ ਲੱਗਣੇ ਨੇ। ਰੋਗ ਤਾਂ ਤੇਰੇ ਕੋਲ ਹੈ, ਨਹੀਂ ਤਾਂ ਪੰਛੀਆਂ ਲਈ ਕੋਈ ਮੈਡੀਸਿਨ, ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਲਈ ਕੋਈ ਹੋਸਪਿਟਲ ਨਹੀਂ। ਤੇਰੇ ਕੋਲ ਸਭ ਕੁਛ ਹੈ, ਅਤੇ ਸਭ ਕੁਝ ਹੋਣ ਦੇ ਬਾਵਜੂਦ ਸਭ ਕੁਛ ਦੇਣ ਵਾਲਾ ਭੁੱਲ ਚੁੱਕਾ ਹੈ। ਦਾਤ ਪਿਆਰੀ, ਸਭ ਕੁਛ ਤੇਰੇ ਕੋਲ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਇਸੇ ਲਈ ਇਹ ਲਫਜ਼ ਆਏ ਸਨ, ਦੇਵਨ ਹਾਰ ਦਾਤਾਰ ਕਿਤ ਮੁੱਖ ਸਲਾਈਏ। ਜਦੋਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਨਹੀਂ, ਤੇ ਮੈਂ ਉਹਦੇ ਗੁਣਾਂ ਦੀ ਗਿਣਤੀ ਕੀ ਕਰਾਂ? ਤੇਰੇ ਦਾਣੇ ਕੀਮਤ ਨਾ ਪਵੇ, ਤੇਰੇ ਦਾਣ ਦੀ ਕੋਈ ਕੀਮਤ ਨਹੀਂ, ਦਾਤੇ ਦੀ ਕੀਮਤ ਕਿਵੇਂ ਪਾਵਾਂ? ਤੇਰੇ ਦਾਣੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸਮਾਨ, ਕਿਤ ਮੁੱਖ ਸਲਾਈ ਹੈ। ਭਾਈ ਗੁਰਦਾਸ ਜੀ ਦੀ ਪੌੜੀ ਇੱਕ ਸਾਹਮਣੇ ਆ ਗਈ, ਉਹਨੇ ਗੁਰੂ ਦੇ ਸੰਬੰਧ ਵਿੱਚ ਇੱਕ ਗੱਲ ਕਹੀ ਅਤੇ ਕਹਿਣ ਲੱਗੇ ਉਹ ਬੜੇ ਵਜੂਦ ਵਿੱਚ ਚਲਾ ਗਿਆ, ਬੜਾ ਜਜ਼ਬਾਤੀ ਹੋ ਗਿਆ। ਕਹਿੰਦਾ ਮੈਂ ਉਹਦੀ ਸਿਫਤ ਕਿਵੇਂ ਕਰਾਂ? ਗੁਰੂ ਦੀ ਗੱਲ ਕਰਦੇ ਆ, ਭਾਈ ਗੁਰਦਾਸ ਨੇ ਬੜੇ ਵਜੂਦ ਵਿੱਚ ਇੱਕ ਮਨ ਦੀ ਅਵਸਥਾ ਦੀ ਕਲਪਨਾ ਕੀਤੀ। ਕਹਿੰਦੇ ਨੇ ਇੱਕ ਹੀ ਸਰੀਰ ਕੇ ਜੇ ਹੋਵਾਂ ਮੈਂ ਕਰੋੜ ਬਾਪ, ਮੈਨੂੰ ਤਾਂ ਇੱਕ ਮੇਰੇ ਕੋਲ ਸਰੀਰ ਹੈ, ਜੇ ਇਹਦੇ ਕਰੋੜਾਂ ਸਰੀਰ ਹੋ ਜਾਣ ਤਾਂ ਮੈਨੂੰ ਪਤਾ ਲੱਗਾ ਹੈ, ਮੈਨੂੰ ਕਿਆਸ ਹੋਇਆ ਹੈ ਵੀ ਜਿਵੇਂ ਇੱਕ ਸਰੀਰ ਉੱਤੇ 7 ਕਰੋੜ ਰੋਮ ਹੁੰਦਾ ਹੈ। ਉਹ ਕਹਿੰਦੇ ਬਾਬਾ, ਭਾਈ ਗੁਰਦਾਸ ਕਹਿ ਰਿਹਾ, ਇੱਕ ਹੀ ਸਰੀਰ ਕੇ ਜੇ ਹੋਵਾਂ ਮੈਂ ਕਰੋੜ ਬਾਪ, 7-7 ਕਰੋੜ ਰੋਮ ਸਭ ਹੀ ਸਰੀਰ ਕੇ। ਅਤੇ ਕਹਿਣ ਲੱਗਾ ਇੱਕ ਇੱਕ ਰੋਮ ਅੱਗੇ ਕੋਟ ਕੋਟ ਸੀਸ ਹੋਵੇ, ਇੱਕ ਦੋ ਇੱਕ ਰੋਮ ਦੇ ਅੱਗੇ ਕਰੋੜਾਂ ਕਰੋੜਾਂ ਸਿਰ ਲੱਗ ਜਾਣ, ਅਤੇ ਉਹਨਾਂ ਸਿਰਾਂ ਵਿੱਚ ਮੁੱਖ ਹੋਵੇ, ਮੂੰਹ ਹੋਵੇ, ਅਤੇ ਉਸ ਮੂੰਹ ਵਿੱਚ ਫਿਰ ਅੱਗੇ ਕਰੋੜਾਂ ਕਰੋੜਾਂ ਜੀਭਾਂ ਹੋਣ, ਅਤੇ ਐਨੀਆਂ ਜੀਭਾਂ ਮਿਲ ਕੇ ਹੇ ਮਾਲਕ ਤੇਰੇ ਗੁਣ ਗਾਉਣ ਲੱਗਣ, ਤੇਰੀਆਂ ਬਖਸ਼ਾਂ ਦੀ ਲਿਸਟ ਸਾਹਮਣੇ ਰੱਖਾਂ ਅਤੇ ਮੇਰੇ ਕੋਲੋਂ ਪੂਰੀ ਨਹੀਂ ਹੁੰਦੀ। ਭਾਈ ਗੁਰਦਾਸ ਕਹਿੰਦੇ 7-7 ਕਰੋੜ ਰੋਮ ਸਭ ਹੀ ਸਰੀਰ ਕੇ, ਇੱਕ ਇੱਕ ਰੋਮ ਅੱਗੇ ਕੋਟ ਕੋਟ ਸੀਸ ਹੋਵੇ, ਕੋਟ ਕੋਟ ਸੀਸ ਵਿੱਚ ਮੁੱਖ ਹੋਵੇ ਚੀਰ ਕੇ, ਇੱਕ ਇੱਕ ਮੁੱਖ
ਅੱਖ ਵਿੱਚ ਜੀਵਾ ਹੋਏ ਕੋਟ 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 ਜੀਵਾ ਗੁਣ ਭਣੇ ਜਗਦੀਸ਼ ਕੇ। ਤੇ ਅਖੀਰਲੀ ਤੋਂ ਕੰਦਰ ਬੇਵਸਥਾ ਜ਼ਾਹਿਰ ਕਰਦੇ ਨੇ, ਕਹਿੰਦੇ ਕਹੇ ਗੁਰਦਾਸ ਭੱਲਾ ਕਹੇ ਗੁਰਦਾਸ ਭੱਲਾ ਤੋ ਵੀ ਹੋਏ ਜਾਣ ਮਤ ਮੇਰੇ ਕੋਲੋਂ ਤੇਰੇ ਗੁਣ ਨਹੀਂ, ਤੇਰੀਆਂ ਰਹਿਮਤਾਂ ਤੇਰੇ ਅਹਿਸਾਨਾਂ ਦੀ ਲਿਸਟ ਮੈਂ ਯਾਦ ਵੀ ਨਹੀਂ ਕਰ ਸਕਦਾ, ਉਹਨਾਂ ਦੀ ਗਿਣਤੀ ਵੀ ਨਹੀਂ ਕਰ ਸਕਦਾ। ਗੁਰੂ ਨੇ ਕਿਉਂ ਆਖਿਆ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ ਹਮਰੀ ਜੇਬਾ ਇੱਕ ਪ੍ਰਭ ਹਮਰੀ ਜੇਬਾ ਇੱਕ ਪ੍ਰਭ ਹਰ ਕੇ ਗੁਣ ਅਗਮ ਅਥਾ ਕਿਤ ਮੁਖ ਸਲਾਈਆ ਦੇਵਨ ਹਾਰ ਦਤਾ ਕਿਤ ਮੁਖ ਸਲਾਈਆ ਹਮਰੀ ਜੇਬਾ ਇੱਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਉ ਕਿਉਂ ਕਰ ਜਪੇ ਇਆਣਿਆ। ਦੋ ਚੀਜ਼ਾਂ, ਜ਼ਬਾਨ ਇੱਕ, ਗੁਣ ਬਹੁਤੇ, ਅਤੇ ਫਿਰ ਮਤ ਵੀ ਅਣਜਾਣ ਹੈ ਜਿਹੜੀ ਗਿਣਤੀ ਨਹੀਂ ਕਰ ਸਕਦੀ। ਹਾਂ ਕਿਉਂ ਕਰ ਜਪੇ ਇਆਣਿਆ ਹਰ ਤੁਮ ਵੱਡ ਅਗਮ ਅਗਾ। ਗੁਰੂ ਕਹਿੰਦੇ ਨੇ ਜਿਸ ਦਿਨ ਤੂੰ ਗਿਣਤੀ ਪੂਰੀ ਕਰਨ ਦੇ ਵਸ ਵਿੱਚ ਪੈ ਗਿਆ ਫਿਰ ਤੈਨੂੰ ਹਉਮੈ ਵੀ ਆ ਜਾਏਗੀ ਕਿ ਮੈਂ ਇੰਨੇ ਵੱਡੇ ਮਾਲਕ ਨੂੰ ਜਾਣਨਾ। ਇਸੇ ਵਿੱਚ ਸੁੱਖ ਹੈ, ਤੂੰ ਕਹਿਣ ਸੋਈ ਅਜਾਣ ਕਹੇ ਮੈਂ ਜਾਣਾ ਜਾਣਨ ਹਾਰ ਨਾ ਛਾਣਨਾ ਰੇ। ਜਿੰਨੀ ਦੇਰ ਤੂੰ ਇਹ ਆਖਣਾ ਨਾ ਮੈਂ ਅਜਾਣ ਹਾਂ ਤੇਰੇ ਗੁਣ ਨਹੀਂ ਗਾ ਸਕਦਾ ਨਹੀਂ ਸੰਪੂਰਨ ਜਾਣ ਸਕਦਾ ਓਨੀ ਦੇਰ ਹੀ ਭਲਾ ਹੈ। ਇਸ ਲਈ ਚੰਗੀ ਗੱਲ ਹੈ ਉਹਦੀ ਗਿਆਤ ਦੀ ਬਜਾਏ ਉਹਨੂੰ ਗਾਉਣਾ ਸ਼ੁਰੂ ਕਰ ਦੇ। ਦਿਨ ਰਾਤ ਗਾਈ ਜਾਏ ਗੱਲ ਛੋੜ ਛੱਡ ਮੈਂ ਕਿਹੜਾ ਗੁਣ ਗਾ ਸਕਣਾ ਕਿਹੜਾ ਨਹੀਂ ਗਾ ਸਕਦਾ। ਗੁਰੂ ਕਹਿੰਦੇ ਨੇ ਰਾਤ ਦਿਨ ਗਾਈਏ ਰਾਤ ਦਿਨ ਗਾਵਨ ਜੋਗਿਆ ਗਾਵੀ ਦੇਵਨੇ
ਇਸ ਸਿਧਾਂਤਿਕ ਖਿਆਲ ਨੂੰ ਹਿਰਦੇ ਵਿੱਚ ਵਸਾ ਕੇ ਤੁਰ ਪਈਏ। ਦੇਣਹਾਰ ਵਾਪਸ ਨਹੀਂ ਮੰਗਦਾ, ਸਿਰਫ ਉਹ ਇੰਨੀ ਯਾਦ ਹੀ ਚਾਹੁੰਦਾ ਹੈ। ਉਹ ਵੀ ਗੁਰੂ ਦੇ ਮੰਤਰ ਵਿੱਚ, ਗੁਰੂ ਦੀ ਪ੍ਰੇਰਨਾ ਵਿੱਚ ਹੈ, ਕਿਉਂਕਿ ਗੁਰੂ ਅਤੇ ਰੱਬ ਵਿੱਚ ਫਰਕ ਕੋਈ ਨਹੀਂ। ਪਾਰ ਬ੍ਰਹਮ ਗੁਰ ਨਾ ਹੀ ਭੇਦ, ਉਹ ਜਾਣਦਾ ਕਿ ਸਭ ਕੁਝ ਉਹਦਾ ਦਿੱਤਾ ਮੇਰੇ ਕੋਲ ਪਹੁੰਚ ਰਿਹਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕ ਹਾਂ। ਇਹ ਸਬਜੈਕਟ ਬੜਾ ਲੰਬਾ ਹੈ, ਜਿੰਨਾ ਮਰਜ਼ੀ ਗਾਈ ਜਾਈਏ, ਪੜ੍ਹੀ ਜਾਈਏ, ਵਿਚਾਰੀ ਜਾਈਏ। ਸੋ ਗੁਰੂ ਕਿਰਪਾ ਕਰੇ, ਵਿਚਾਰਾਂ ਹਿਰਦੇ ਵਿੱਚ ਟਿਕ ਜਾਣ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।